ਸੱਚੇ ਪਾਤਸ਼ਾਹ ਇੱਕ ਵਾਰੀ ਬਚਾਵਾ ਮੈਨੂੰ। ਕਿੱਦਾਂ ਮੈਂ ਬਾਹਰ ਨਿਕਲਾਂ? ਇੱਦਾਂ ਕਰ, ਪਹਿਲਾਂ ਤਾਂ ਤੈਨੂੰ ਕੰਦਰਾਂ ਦੇ ਨਾ ਕੁੰਡੇ ਮਾਰ, ਕਮ ਸੇ ਕਮ ਕੋਈ ਅੰਦਰੋਂ ਤਾਂ ਨਾ ਬਾਹਰ ਨਿਕਲੋ, ਕਮ ਸੇ ਕਮ ਆਪਣੀਆਂ ਹੱਡੀਆਂ ਤਾਂ ਸਲਾਮਤ ਰਹਿਣਗੀਆਂ ਨਾ। ਬੋਹਿਆ ਮਾਰ, ਹੁਣ ਫੌਜੀ ਦਾ ਕਮਰਾ ਕਿਹੜਾ ਵਾ ਚਾਹੇ ਭਾਵੇ ਨਾ ਕਹਿਣਾ ਵਾ, ਇਹ ਨਾ ਹੋਇਆ ਕਿ ਮੈਂ ਭਾਵੇ ਵਾਲਾ ਪਹਿਲਾਂ ਮਾਰਦਾ ਫੌਜੀ ਬਾਹਰ ਨਿਕਲਾ ਹੋਏ। ਮੈਨੂੰ ਲੱਗਦਾ ਆ ਫੌਜੀਆਂ ਵਾ। ਫੌਜੀ ਬਾਹਰ ਨਿਕਲਾਉਣਾ ਨਾ ਨਿਕਲਣਾ ਇਹਨੇ, ਹੁਣ ਕਰੀਏ ਅਸੀਂ ਆਪਣੀ ਕਾਰਵਾਈ ਸ਼ੁਰੂ। ਹੁਣ ਥੋੜ੍ਹਾ ਜਿਹਾ ਮੈਂ ਵੇਰ ਸੁਣਦਾ, ਅਸੀਂ ਕਿਤੇ ਸਾਨੂੰ ਮੋਬਾਇਲ ਵੀ ਕੋਲ ਹੁੰਦੇ ਆ, ਕਿਤੇ ਕਿਸੇ ਨੂੰ ਮਗਲ ਅਸੀਂ ਇੱਕ ਤਾਂ ਪੰਗਾ ਸਾਨੂੰ ਮਗਲੈਲ ਵੀ ਕੋਲ ਹੁੰਦਾ, ਇਹ ਨਾ ਹੋਇਆ ਕਿਸੇ ਨੂੰ ਮੋਬਾਇਲ ਲਾ ਦੇਣਾ ਪੰਗਾ ਫੜ ਆਇਆ ਤੂੰ ਆਪਣਾ ਘਰ ਨਾ ਸਮਝ। Thank you.
बोनी ठाणी है नहीं वहाँ को निकलने पांड चौड़े और बाल उतना ये मैं हंडने तो पंगा पाया ना और क्यों करा मैं पंगा पाएगा हाँ बाबा चल को जी आ गया कर दे कोई कृपा मार मंत्र मेरी पांड निकल जाएगा उन्होंने मेहनत की थी फिरे चढ़ जाए अपना काम दरवाजे अंदरों खोल जाते होंगे आहो एगो काम करता हूँ बाबा चुप हो जाया यहाँ तो समान बाद निकलोगे या मैं पंगा पै गया हम की कर दे कोई कृपा चुक हो जाए लिया कर दे कोई कृपा खड़ाक कहो जहा हो वा कोई चोर तो नहीं आ गया कि नहीं नहीं चोर कह दी आ सकता है इन्ने तो मैं ताले लाए आ सौ जा मना तेरे मन का ही वहम आ उदा कोई बिले बिले होने नाले विकी हूँ है इधर सुते ही आ एडी गल थोड़ी उन्होंने पता ना लगेगा खड़ाक होए तो बंदे झट पता लग जाता है पिंड थले सुटे खड़ाक बड़ा होना सारा पिंड उठ पैना अवारा कुत्ते भी बड़े फिरते हैं तो लत्त पाड़ देनिया चाहिए एदा कर पहला आ पुत्र फिर तो पिंड खिंचूंगा यह कम ही रहना पानू फौजिया तेरा क्या खबर है गड्डी उच्ची कंध बनाई है ਸਾਡੀ ਉੱਚੀ ਕੰਧ ਤਾਂ ਚੀਨ ਦੀ ਨਹੀਂ ਹੋਣਾ ਜਿੰਨੀ ਉੱਚੀ ਤੂੰ ਬਣਾਈ ਫਿਰਦਾ ਸਾਪਾ ਪੈ ਗਿਆ ਬਦਲਾ ਮਈਆ ਹੁਣ ਸਾਪਾ ਪੈਣਾ ਹੀ ਨਿਕਲ ਜਾ
6 ਵਜ ਗਏ ਆ ਉੱਠੀਏ आवाज भी नहीं दे दे फोन लावा दस भला बुआ सवेरे सवेरे मारता है बुआ भी लोड़ मारन भाभी नूं क्यों हो गया उधरों फोन लाई जांदे सवेरे सवेरे हैलो विक्की मेरा बुआ को मारिया वा बाहरों बुआ खोल बुआ मारिया वा मैं तो नहीं मारिया तू ही नहीं मारिया ते फिर किन्ने मारिया वा बाहरों बुआ बांधे आ हैं वो खोल दे नींगे बुआ चलो ठीक है खोल देने क्यों तू नहीं भाभी का बुआ मारता बाहरों आहो ना मैं अगर तुम मारना जी कैंडे बुआ बंद हुआ बारों हाय हाय इन्हें बुआ कितने मारता पता नहीं रोक जा उठ के बिना है हैं बुआ तो हड्डा भी बजा बारों ये कितने मारे अपना ये कितने मारता हाँ तो ही भैया मेनू की लोड़ है एहोजा मजाक करन दी ओ भी सवेरे सवेरे ਉਹ ਰੁਕ ਜੋ ਯਾਰ ਮੈਂ ਫੋਨ ਕਰਦਾ ਵਾ ਉਹਨੂੰ ਆਪਣਾ ਬਬਲੂ ਨੂੰ ਫੋਨ ਕਰਦਾ ਵਾ ਉਹ ਕੰਧ ਟੱਪ ਕੇ ਆਉਂਦਾ ਫਿਰ ਆਪੇ ਖੋਲ ਕੇ ਜਾਂਦਾ ਗੁੰਡੇ ਗੁੰਡੇ ਕੋਲ ਮਾਰ ਗਿਆ ਬਾਹਰੋਂ ਆਹ ਹੈਰਾਨਗੀ ਵਾਲੀ ਗੱਲ ਮੈਂ ਤੁਹਾਨੂੰ ਕਹਿੰਦੀ ਸੀ ਕਿ ਸਾਡੇ ਘਰ ਚੋਰੀ ਹੋ ਜਾਣੀ ਆ ਆ ਚੋਰ ਫਿਰਦੇ ਰਹਿੰਦੇ ਇੰਨਾ ਦਿਨਾਂ ਦੇ ਵਿੱਚ ਨਾਲੇ ਸਾਨੂੰ ਅੰਦਰ ਦੇ ਗਿਆ ਵਾ ਉਹ ਤੁਸੀਂ ਪਹਿਲਾਂ ਅੰਦਾਜ਼ੇ ਲਾਓ ਚੋਰੀ ਹੋ ਜਾਣੀ ਰੁਕ ਜੋ ਮੈਨੂੰ ਫੋਨ ਲਾ ਲੈਂਦਾ ਬਬਲੂ ਨੂੰ ਉਹ ਚੱਲ ਛੇਤੀ ਕਰੋ ਮੈਨੂੰ ਤੇ ਘਬਰਾਹਟ ਹੁੰਦੀ ਆ ਜੋ ਵੀ ਕਰਨਾ ਨਾ ਛੇਤੀ ਕਰੋ ਵੀ ਨਾ ਤਾਂ ਕਮਾਲ ਹੀ ਹੋ ਗਈ ਆ ਯਾਰ ਪਤਾ ਨਹੀਂ ਕੀ ਹਿਸਾਬ ਤਾਂ ਬਣਿਆ ਰੁਕ ਜਾ ਉਹਨੇ ਫੋਨ ਕਰਤਾ ਮੈਂ ਉਹਨੂੰ ਇਹ ਕਿਹੜਾ ਕੰਮ ਹੋਊਗਾ ਵੀ ਉਹ ਕੀ ਪਤਾ ਕੌਣ ਲਾ ਗਿਆ ਹੁਣ ਆ ਥੋੜ੍ਹਾ ਟਾਈਮ ਨਾਲ ਉੱਠ ਜਾ ਅੱਜ ਕੋਈ ਗੱਲ ਨਹੀਂ ਚੱਲ ਆ ਜਾ ਆਪਣੀ ਹਰ ਕਹਿੰਦਾ ਮੈਂ ਆਉਣਾ ਆ ਹੈਰਾਨਗੀ ਵਾਲੀ ਗੱਲ ਆ ਕਿ ਭਾਵੇਂ ਚੋਰ ਜਾ ਰਿਹਾ ਹੋਵੇ ਤੇ ਭਾਵੇਂ ਬਾਹਰੋਂ ਕੁੰਡੇ ਮਾਰ ਗਿਆ ਹੋਵੇ ਉਹ ਚੱਲ ਲੱਗ ਜਾਣਾ ਪਤਾ ਜੇ ਕੋਈ ਚੋਰ ਆਇਆ ਹੋਇਆ ਤੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਕਿਆ ਵੀ ਹੈਗਾ ਸੀ ਤੁਹਾਨੂੰ ਕਿ ਕਿਸੇ ਨੂੰ ਮੂੰਹ ਨਾ ਲਾਇਆ ਕਰੋ ਤੂੰ ਹੀ ਤੇਵੇਂ ਡੀ ਖਮੋ ਖਸਾ ਕੋ ਕਰਨ ਮੈਂ ਕਹਿਣ ਡਿਆ ਹਣਾ ਲੱਗ ਜੂਗਾ ਪਤਾ ਜਿਹੜਾ ਵੀ ਹੈਗਾ ਆ चोर तो अलावा होर कौन इदा कर सकदा आ साडे बारो बुए मार के लै गए सारा कुछ लेट वाट के रसोई च भांडे भी है नी जे ले लो ए काम ते चोर दा ही आ फिर ओ हैगा ते चोर दा आ पर एहो जा केड़ा चोर जिन्ने कपड़े ते कल्ले भांडे खड़ने ही ਵਾਸਾ ਜਿਹੜੇ ਆਪਣੀ ਖਮਰੀ ਤੁਰੇ ਫਿਰਦੇ ਇਹਨਾਂ ਦਾ ਕੰਮ ਹੋਰ ਕਿੰਨਾ ਦਾ ਕੰਮ ਆ ਮੈਂ ਤੈਨੂੰ ਹਲੇ ਕੱਲ ਹੀ ਦੱਸਿਆ ਸੀ ਕਿ ਉਹ ਕਮਲੀ ਜੇ ਗੇੜੇ ਮਾਰਦਾ ਜਾਂ ਨਾਲੇ ਘਰ ਵੱਲ ਨੂੰ ਵੇਖੀ ਜਾਂਦਾ ਆ ਉਹ ਭਾਬੀ ਉਹ ਇੰਨੇ ਜੋਗਾ ਨਹੀਂ ਹੈਗਾ ਸਿਆਰੀ ਉਹ ਸਿਆਰੀ ਨਹੀਂ ਉਹ ਕੋਈ ਬਿਹਾਰੀ ਹੀ ਬਿਹਾਰੀ ਆਹੋ ਜਿੰਨੇ ਉਹ ਕਾਲਾ ਜਿਹਾ ਕੋਟ ਪਾਇਆ ਸੀ ਹਲਕੀ ਜਿਹੀ ਉਮਰ ਦਾ ਸੀ ਉਹ ਮੁੰਡਾ ਜਿਹਾ ਨਹੀਂ ਤੁਸੀਂ ਤਾਂ ਕਹਿਣ ਡੇ ਸੀ ਕੋਈ ਗੇੜੇ ਮਾਰਦਾ ਮੈਂ ਜਦੋਂ ਗਿਆ ਉਦੋਂ ਤਾਂ ਸਿਆਰੀ ਸੀਗਾ ਉੱਥੇ
ਬਾਬਾ ਸਿਆਰੀ ਨੀ ਉਹ ਹੋਰ ਹੀ ਕੋਈ ਮੁੰਡਾ ਸੀ ਉਹਨੇ ਫੌਜੀ ਰੰਗਾ ਜਿਹਾ ਪਜਾਮਾ ਪਾਇਆ ਸੀ ਹਾਂਜੀ ਹਾਂਜੀ ਭਾਜੀ ਪਤਾ ਮੈਨੂੰ ਉਹ ਜਿਹੜਾ ਕੱਲ 6 ਵਜੇ ਰੋਜ਼ ਆਇਆ ਨੂੰ ਲੰਘਦਾ ਨਹੀਂ ਆ ਉਹਨੇ ਕੱਲ 3-4 ਗੇੜੇ ਮਾਰੇ ਆ ਤੇ ਸਾਡੇ ਘਰ ਵਾਲੀ ਵੇਖੀ ਜਾਂਦਾ ਸੀ ਮੈਂ ਤੇ ਉਦੋਂ ਹੀ ਗੇਟ ਬੰਦ ਕਰਤਾ ਕਿ ਇਹਦਾ ਕੀ ਲੈਣਾ ਵਾ ਤੇ ਉਹ ਹੀ ਆਇਆ ਹੋਣਾ ਪੱਕਾ ਪੱਕੀ ਗੱਲ ਆ ਉੱਤੇ ਸਾਕਿਆ ਹਾਂ ਹਾਂ ਜਿਹੜੇ ਹਿਸਾਬ ਨਾਲ ਉਹ ਸਾਡੇ ਘਰ ਨੂੰ ਤਾੜਨ ਰਿਹਾ ਸੀ ਨਾ ਉਹੋ ਹੀ ਹੋ ਸਕਦਾ ਵਾ ਜੇ ਉਹ ਹੋਇਆ ਅੱਜ ਫੌਜੀ ਦੇ ਹੱਥੋਂ ਨਹੀਂ ਉਹ ਬਚਦਾ ਬਬਲੂ ਤੂੰ ਜਾਣਦਾ ਮਾੜਾ ਮੋਟਾ ਕਿਹੜੇ ਬੰਦਾ ਹਾਂਜੀ ਹਾਂਜੀ ਭਾਜੀ ਵਿਠਵਾਂ ਦਾ ਵਾ ਲੱਗ ਗਈ ਤੂੰ ਚੱਲ ਮੇਰੇ ਨਾਲ ਆ ਜਾ ਆਪਾਂ ਨੂੰ ਹੁਣੇ ਲੈ ਕੇ ਉਹਨੇ ਫੜ ਕੇ ਚਲੋ ਲੈ ਉਹਨੇ ਇੱਥੇ ਰਿਓ ਮੇਰੀ ਗੱਲ ਸੁਣੋ ਨਾਲੇ ਜ਼ਿਆਦਾ ਰੌਲਾ ਨਾ ਪਾਇਓ ਆਂਢ ਗੁਆਂਢ ਪਤਾ ਨਾ ਲੱਗੇ ਵੀ ਇਹਨਾਂ ਦੇ ਘਰ ਚੋਰੀ ਹੋਈ ਆ ਚੰਗੇ ਨਹੀਂ ਲੱਗੀਦਾ ਠੀਕ ਆ ਉਹ ਲੱਗ ਗਈ ਸਮਝ ਠੀਕ ਆ ਆਹੋ ਹੁਣੇ ਹੀ ਆਇਆ ਲੈ ਸਾਡੀ ਰਸੋਈ ਦੇ ਭਾਂਡੇ ਵੀ ਗਏ ਸਾਡੇ ਕੱਪੜੇ ਵੀ ਗਏ ਮੇਰਾ ਤੇ ਨਵਾਂ ਹੀ ਸੂਟ ਹੀ ਪਹਿਲਾਂ ਤੋਂ ਪਾਇਆ ਸੀ ਕਿੰਨਾ ਮਹਿੰਗਾ ਬਣਾਇਆ ਉਹ ਵੀ ਗਿਆ ਤੁਹਾਨੂੰ ਸੂਟ ਦੀ ਲੱਗੀ ਆ ਮੈਂ ਕੱਲ ਦੀ ਨਵੀਂ ਪਤੀਲੀ ਲੈ ਕੇ ਆਈ ਸੀ ਚੋਰ ਉਹ ਵੀ ਲੈ ਗਿਆ ਓਏ ਆ ਕਾਦੀ ਪਾਂਡਵਾ ਓਏ ਫੜੀ ਬਬਲੂ ਲਵਾਈ ਧਿਆਨ 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 ਇੱਥੇ ਰੱਖ ਲੈ ਆਹ ਤੇ ਤੁਹਾਡਾ ਹੀ ਸਮਾਨ ਇਹ ਸਮਾਨ ਤਾਂ ਸਾਰਾ ਆਪਣਾ ਵਾ ਤੇ ਇੱਥੇ ਕਿੱਦਾਂ ਪਹੁੰਚ ਗਿਆ ਤੇ ਜੇ ਚੋਰ ਚੋਰੀ ਕਰਨ ਆਇਆ ਸੀ ਤੇ ਪੰਡ ਲੈ ਕੇ ਕਿਉਂ ਨਹੀਂ ਗਿਆ ਇਹੀ ਗੱਲ ਹੈਗੀ ਹੈ ਸਮਾਨ ਇੱਥੇ ਛੱਡ ਗਿਆ ਵਾ ਤੇ ਮੈਨੂੰ ਲੱਗਦਾ ਕਿ ਚੋਰ ਨੇ ਸਮਾਨ ਸਾਰਾ ਇਕੱਠਾ ਕਰ ਲਿਆ ਆਪਦਾ ਤਾਂ ਖੜਿਆ ਨਹੀਂ ਗਿਆ ਭਾਬੀ ਜੀ ਪ੍ਰੀਤ ਦੌੜ ਕੇ ਆਓ ਇੱਧਰ ਮਜ਼ਾਕ ਫੌਜੀ ਨਾਲ ਮਜ਼ਾਕ ਕੀਤਾ ਨਾ ਕਿਸੇ ਨੇ ਭਾਰੀ ਪਊਗਾ ਹੁਣ ਉਹਨੂੰ ਬਬਲੂ ਫੜ ਪੰਡ ਉੱਥੇ ਟੰਗ ਨਾ ਹੁਣ ਕੀ ਕਰਨਾ ਤੁਸੀਂ ਤੁਹਾਨੂੰ ਮੈਂ ਦੱਸਦਾ ਇਹਨੂੰ ਇੱਥੇ ਟੰਗੀ ਰਹਿਣ ਦਿਓ ਸਬੂਤ ਕੋਈ ਨਹੀਂ ਮਿਟਾਉਣਾ ਆਪਾਂ ਠੀਕ ਆ ਮੈਂ ਹੁਣੇ ਲੈ ਕੇ ਉਹਨਾਂ ਨੂੰ ਆਪਣੇ ਮੂੰਹ ਬਗੂਗਾ ਜੇ ਨਾ ਨਾ ਬਗਿਆ ਫਿਰ ਆਹ ਕਿੱਦਣ ਕੰਮ ਆਉਣਾ ਆ ਇਹਨੇ ਤਾਂ ਵੱਡਿਆਂ ਵੱਡਿਆਂ ਦੀਆਂ ਜਮਾਨਾਂ ਖਲਾਤੀਆਂ ਆਹੋ ਕੀ ਪਤਾ ਇਹੋ ਸੋਚ ਕੇ ਨਹੀਂ ਛੱਡ ਗਿਆ ਹੋਣਾ ਕਿ ਕੱਪੜਿਆਂ ਦੇ ਭਾਂਡਿਆਂ ਦਾ ਕੀ ਫੜਨਾ ਕੋਈ ਵੱਡੀ ਮਾਰ ਮਾਰੂਗਾ ਭਾਬੀ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਹੁੰਦੇ ਆ ਜਦੋਂ ਅਗਲੇ ਨੇ ਪੰਡ ਪਾ ਹੀ ਲਈ ਉਹਨੇ ਛੱਡ ਕੇ ਜਾਣ ਨੂੰ ਥੋੜਾ ਪਾਈ ਇਹ ਤਾਂ ਹੁਣ ਆਪਣੇ ਮੂੰਹੋਂ ਦੱਸੂਗਾ ਕਿ ਇਹ ਪੰਡ ਇੱਥੇ ਕਿਉਂ ਰਹਿ ਗਈ ਚੱਲ ਬਬਲੂ ਚੱਲੀਏ ਆਪਾਂ ਚਲੋ ਤੁਸੀਂ ਚਲੋ ਅੰਦਰ ਜਾਓ ਜਾਓ ਲੈ ਕੇ ਆਓ ਉਹਨੂੰ ਚੰਗਾ ਹੋਇਆ ਜਿਹੜੀ ਉਹਨੇ ਪੰਡ ਨਹੀਂ ਖੜੀ ਮੇਰਾ ਸੂਟ ਤੇ ਬਚ ਗਿਆ ਇੰਨਾ ਮਹਿੰਗਾ ਸੂਟ ਫੌਜੀ ਨੂੰ ਕੱਲ ਹੀ ਭੇਜੇ ਜਾਣ ਡਏ ਨੇ ਕੀ ਹੋਇਆ ਤੁਹਾਡੇ ਘਰ ਆਂਟੀ ਜੀ ਅਸੀਂ ਤੇ ਗੱਲ ਕਰਨ ਲੱਗਿਆ ਨਾ ਸਾਨੂੰ ਉਦਾਂ ਹੀ ਸ਼ਰਮ ਆਉਂਦੀ ਆ ਸਾਡੇ ਘਰ ਤੇ ਚੋਰ ਨੇ ਚੋਰੀ ਕੀਤੀ ਪਰ ਪੰਡ ਇੱਥੇ ਹੀ ਛੱਡ ਗਿਆ ਸਾਡੇ ਤੇ ਬਾਹਰੋਂ ਕੁੰਡੇ ਮਾਰਤੇ ਸਾਨੂੰ ਅੰਦਰਾਂ ਚ ਦੇ ਤਾ ਪਰ ਪਤਾ ਨੀ ਚੋਰ ਨੇ ਪੰਡ ਕਿਉਂ ਨੀ ਖੜੀ ਥੋੜਾ ਚੋਰ ਨੂੰ ਲੱਗ ਜਾਣ ਡਏ ਬਾਹਰ ਦੂਰ ਦੀਆਂ ਸੁਣਦੀਆਂ ਇਹ ਤੇ ਘਰੇ ਹੀ ਹੋ ਗਿਆ ਇਹੋ ਜਿਹਾ ਕੰਮ ਕਾਰਾ ਉਹ ਹੁਣ ਗਏ ਉਹਨੂੰ ਲੈਣ ਮੈਨੂੰ ਪਤਾ ਕਿ ਜਿਹੜਾ ਚੋਰ ਕਿੱਦਾਂ ਜੀਤੂ ਵਧੀਆ ਠੀਕ ਠਾਕ ਹੋਰ ਬਬਲੂ ਵਧੀਆ ਵਧੀਆ ਹੋਰ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਵਧੀਆ ਤੇ ਮੇਰੀ ਗੱਲ ਸੁਣ ਹਾਂ ਆ ਵੀਰ ਫੌਜੀ ਆ ਆਪਣਾ ਹਾਂ ਤੇ ਇਹਨਾਂ ਨੇ ਮੱਝ ਵੇਚਣੀ ਆ ਠੀਕ ਆ ਤੇ ਆ ਜਾ ਕਰ ਹਿਸਾਬ ਕਿਤਾਬ ਇਹਨਾਂ ਨਾਲ ਹੁਣ ਤੇ ਮੈਂ ਡਿਆ ਕੰਮ ਜਿਹਾ ਕਰਨ ਕੱਲ ਨੂੰ ਆਊਂਗਾ ਉਹ ਯਾਰ ਕੱਲ ਨੂੰ ਨਹੀਂ ਆ ਛੁੱਟੀ ਆਇਆ ਵਾ ਇਹ 2-3 ਦਿਨ ਤੱਕ ਚੱਲ ਜਾਣਾ ਵਾ ਤੇ ਤੂੰ ਆ ਹਿਸਾਬ ਕਰ ਚਲੋ ਫਿਰ ਆਹੋ ਆਹ ਚੱਲ ਆ ਜਾ ਲੱਗਣੀ ਤਾਂ ਘੜੀ ਪਾ ਲਈ ਆ ਉੱਥੇ ਚਲੋ ਵੇਖ ਹਮਨੇ ਮੱਝ ਢੱਡੀ ਚੱਲ ਆ ਜਾ ਚਲੋ ਭਾਬੀ ਇਹੋ ਹੀ ਆ ਜਿਹੜੀ ਤੁਸੀਂ ਗੱਲ ਕਰਦੇ ਸੀ ਹਾਂ ਹਾਂ ਇਹੋ ਹੀ ਆ ਬਬਲੂ ਕਿੱਥੇ ਆ ਮੱਝ ਉਹ ਮੱਝ ਵੀ ਦੱਸ ਦਿੰਦੇ ਆ ਪਹਿਲਾਂ ਮੈਨੂੰ ਇਹ ਦੱਸ ਉਹ ਕੀ ਆ ਪਾਂਡੀ ਲੱਗਦੀ ਮੈਨੂੰ ਤੇ ਪਰ ਇੱਥੇ ਕਿਉਂ ਰੱਖੀ ਆ ਅੱਛਾ ਤੇ ਫਿਰ ਤੈਨੂੰ ਨਹੀਂ ਪਤਾ ਕਿ ਇੱਥੇ ਕਿੱਦਾਂ ਆਈ ਆ ਕੋਈ ਨਹੀਂ ਕਰਵਾ ਲੈਂਦੇ ਯਾਦ
ਫੜ ਬਬਲੂ ਇਹਨੂੰ ਭਾਬੀ ਨੇ ਰੱਸਾ ਲੈ ਕੇ ਆਓ ਫੜ ਇਹਨੂੰ ਹੁਣੇ ਪਤਾ ਲੱਗ ਜਾਂਦਾ ਕਿੱਦਾਂ ਆਈ ਆ ਇੱਥੇ ਭਰਾਵਾ ਹੋਇਆ ਕੀ ਮੈਨੂੰ ਦੱਸੋ ਤੇ ਸਹੀ ਕੀ ਗੱਲ ਕੀ ਆ ਰੱਸਾ ਲਿਆਓ ਜਾਨਾ ਕੀ ਕਰਦੇ ਤੂੰ ਯਾਰ ਬਬਲੂ ਆ ਗਲਤ ਕਰਾਉਂਦੇ ਕੰਮ ਤੂੰ ਮੇਰੇ ਨਾਲ ਦੱਸਦਾ ਤੈਨੂੰ ਮੈਂ ਯਾਰ ਦੱਸੋ ਸਹੀ ਗੱਲ ਕੀ ਹੋਈ ਆ ਦੱਸਦੇ ਆ ਹੁਣੇ ਦੱਸਦੇ ਆ ਹੈ ਹੁਣੇ ਦੱਸਦੇ ਲੱਗ ਜਾਣਾ ਪਤਾ ਯਾਰ ਮੈਂ ਨਹੀਂ ਕੁਝ ਕੀਤਾ ਮੈਨੂੰ ਕਹਤਾ ਬੰਨੀ ਜਾਂਦੇ ਜੇ ਦੱਸਦੇ ਤੈਨੂੰ ਕੀਤਾ ਕੀ ਨਹੀਂ ਬਬਲੂ ਨਹੀਂ ਕੁਝ ਕੀਤਾ ਯਾਰ ਤੁਸੀਂ ਕੀ ਕਰਦੇ ਜੇ ਉਹ ਭਰਾਵਾ ਮੈਨੂੰ ਗਲਤ ਦੱਸ ਦਿਓ ਕੀ ਗੱਲ ਹੋਈ ਮੈਨੂੰ ਬੰਨੀ ਕਰਤ ਜਾਂਦੇ ਜੇ ਦੱਸਦੇ ਆ ਦੱਸਦੇ ਆ ਖਲੋ ਯਾਰ ਤੂੰ ਆਪਣੇ ਮੂੰਹ ਬਗੇਗਾ ਸਾਰੇ ਕੋ ਬਬਲੂ ਕਿਆ ਮੂੰਗਲਾ ਫੜ ਕੇ ਲਿਆ ਐਦਾਂ ਨਹੀਂ ਪਕਣਾ ਇਹਨੇ ਯੋ ਭਰਾਵਾ ਤੈਨੂੰ ਕੁੱਟ ਪੈ ਨਹੀਂ ਦੱਸਦੇ ਨਹੀਂ ਕੀਤਾ ਕੋਹ ਮੈਂ ਦੱਸਾਂਗੀ ਤੁਹਾਨੂੰ ਨਹੀਂ ਕੀਤਾ ਕੀਤਾ ਹੀ ਨਹੀਂ ਕੋਈ ਯਾਰ ਤੂੰ ਹੁਣੇ ਤੂੰ ਦੱਸਦਾ ਤੂੰ ਆਪੇ ਦੱਸੇਗਾ ਦਾ ਮਾਰੀ ਯਾਰ ਨਾ ਮਾਰੀ ਜਾ ਵੇਖੀ ਬਬਲੂ ਕੌਣ ਆਇਆ ਮਾਰੀ ਨਾ ਤੂੰ ਉਦਾਂ ਬਖਣਾ ਹੀ ਨਹੀਂ ਹੈਗਾ ਨਹੀਂ ਯਾਰ ਕੀਤੀ ਚੋਰੀ ਮੈਂ ਕਹਿੰਦਾ ਤੂੰ ਬਖ ਜਾ ਨਹੀਂ ਕੀਤੀ ਯਾਰ ਨਾ ਚੋਰੀ ਓਏ 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 ਇਹਨੂੰ ਕਿਉਂ ਮਾਰਦੇ ਹੋ ਤਾਇਆ ਇਹਨੇ ਰਾਤ ਦੀ ਚੋਰੀ ਕੀਤੀ ਆ ਸਾਡੇ ਘਰ ਇਹਨੇ ਚੋਰੀ ਕੀਤੀ ਆ ਹਾਂਜੀ ਓਏ ਤੇ ਦਲਾਲ ਬੰਦਾ ਵਾ ਇਹ ਤੇ ਕੱਲ ਸਾਰੀ ਦਿਹਾੜੀ ਮੇਰੇ ਨਾਲ ਫਿਰਦਾ ਰਿਹਾ ਵਾ ਮੱਝ ਲੱਭਣ ਵਾਸਤੇ ਤੇ ਮੁੜ ਕੇ ਮੇਰੇ ਕੋਲ ਰਾਤ ਨੂੰ ਸ਼ਰਾਬ ਪੀ ਕੇ ਤੇ ਉੱਥੇ ਹੀ ਲਮਾ ਪਿਆ ਰਿਹਾ ਘਰ ਸੱਚੀ ਇਹਨੇ ਚੋਰੀ ਕਿਹੜੀ ਕੀਤੀ ਆ ਦਲਾਲ ਇਹ ਮੇਰੇ ਕੋਲ ਆ ਸੱਚੀ ਗੱਲ ਆ ਤਾਇਆ ਤੇ ਮੈਂ ਝੂਠ ਬੋਲਣ ਲਿਆ ਓਏ ਜੇ ਰਾਤ ਤੂੰ ਤਾਏ ਘਰ ਪਿਆ ਰਿਹਾ ਤੇ ਦੱਸਿਆ ਕਿਉਂ ਨਹੀਂ ਉਦੋਂ ਦਾ ਦੱਸਾਂ ਭਰਾਵਾ ਤੁਹਾਨੂੰ ਸੁਭਾਅ ਤੁਸੀਂ ਦੱਸਣ ਦਾ ਤਾਂ ਮੌਕਾ ਹੀ ਨਹੀਂ ਦਿੱਤਾ ਮੈਨੂੰ ਮਿੰਟੋ ਮਿੰਟ ਤੇ ਬੰਨਣ ਦੀ ਕੀਤੀ ਤੁਸੀਂ ਉਹ ਖੋਲ ਦਿੰਨੇ ਆ ਭਰਾਵਾ ਤੈਨੂੰ ਫੜ ਬਬਲੂ ਖੋਲ ਉਹ ਭਰਾਵਾ ਖੋਲ ਦੋ ਯਾਰ ਕੀ ਲਿਆ ਕੇ ਐ ਮਾਰ ਦੇਣਗੇ ਗਦੀਬ ਦੇ ਉਹ ਚੱਲ ਮੈਨੂੰ ਇਹ ਦੱਸ ਚੋਰੀ ਤਾਂ ਤੂੰ ਨਹੀਂ ਕੀਤੀ ਪਰ ਕੱਲ ਝਾਤੀਆਂ ਮਾਰ ਮਾਰ ਕਿਹੜੀ ਕੋਲੋਂ ਲੰਘਦਾ ਸੀ ਭਰਾਵਾ ਰਿੰਕੂ ਘਰ ਮੱਝਾਂ ਵੇਖਣ ਆਇਆ ਸੀ ਤੇ ਘਰ ਨਹੀਂ ਲੱਭਣ ਡਿਆ ਉਹਨਾਂ ਦਾ ਤੇ ਤਾਂ ਝਾਤੀਆਂ ਮਾਰਨ ਡਿਆ ਸੀ ਝਾਤੀਆਂ ਤੇ ਭਰਾਵਾ ਮੈਂ ਤਾਂ ਮਾਰਦਾ ਸੀ ਰਿੰਕੂ ਦਾ ਘਰ ਪੁੱਛਣਾ ਸੀ ਤੇ ਭੈਣ ਵਹਿੰਦੀ ਬੜਾ ਔਖਾ ਸੀ ਤੇ ਮੈਂ ਘਰ ਡਰਦੇ ਨਹੀਂ ਨਾ ਪੁੱਛਿਆ ਇਹਨਾਂ ਨੂੰ ਪਰ ਜੇ ਚੋਰੀ ਤੂੰ ਨਹੀਂ ਕੀਤੀ ਫਿਰ ਕੀਤੀ ਕਿੰਨੇ ਆ ਗੱਲ ਸਮਝੋ ਬਾਹਰ ਆ ਕੀ ਹੋਇਆ ਹੋਜੀਆਂ ਉਹਨਾਂ ਸਾਰਾ ਹੀ ਟੰਬਰ ਮੂੰਹ ਛੁੱਟ ਕੇ ਖਲੋਤੇ ਜੇ ਓਏ ਕੁਛ ਨਹੀਂ ਅਮਲੀਆ ਕੀ ਦੱਸੀਏ ਤੈਨੂੰ ਕੀ ਹੋਇਆ ਛੱਡ ਪਰੇ ਉਹ ਚੱਲ ਦੱਸ ਦੇ ਭਰਾ ਹੀ ਭਰਾਵਾਂ ਦੇ ਕੰਮ ਆਉਂਦੇ ਆ ਓ ਯਾਰ ਅਮਲੀਆ ਰਾਤ ਦੀ ਕੀਤੀ ਕਿਸੇ ਨੇ ਚੋਰੀ ਸਮਝ ਨਹੀਂ ਲੱਗਣ ਡੀ ਵੀ ਚੋਰੀ ਕੀਤੀ ਕਿੰਨੇ ਆ ਜੇ ਕੀਤੀ ਆ ਤਾਂ ਸਮਾਨ ਵੀ ਸਾਰਾ ਇੱਥੇ ਛੱਡ ਗਿਆ ਆਹਾਂ ਅਏ ਚੋਰੀਆਂ ਵਾਹ ਵਾਹ ਹੀ ਆਉਣ ਲੱਗ ਪਈਆਂ ਸਾਡੇ ਇਲਾਕੇ 'ਚ ਕੀ ਬਾਕੀ ਇਹ ਤੁਹਾਡੇ ਘਰ ਚੋਰੀ ਕਿੱਦਾਂ ਹੋਈ ਇਹ ਤੁਹਾਨੂੰ ਮੈਂ ਆਪਣੇ ਹਿਸਾਬ ਨਾਲ ਦੱਸਦਾ ਵਾਂ ਮੇਰਾ ਤਜਰਬਾ ਕਹਿੰਦਾ ਵਾ ਆ ਸਾਰੇ ਆਣੇ ਇੱਥੇ ਸੁਣੋ ਜੋ ਹੁਣ ਮੈਂ ਤੁਹਾਨੂੰ ਦੱਸਦਾ ਚੋਰੀ ਕਿੱਦਾਂ ਹੋਈ ਤੁਹਾਡੇ ਘਰ ਹਾਂ ਦੱਸ ਸਭ ਤੋਂ ਪਹਿਲਾਂ ਚੋਰ ਕੰਧ ਟੱਪਿਆ ਵਾ ਫਿਰ ਉਹ ਤੁਹਾਡੇ ਘਰ ਦੇ ਅੰਦਰ ਗਿਆ ਵਾ ਉਹਨੇ ਆਪਣੀ ਲੋਈ ਦੇ ਵਿੱਚ ਸਾਰਾ ਕੱਪੜਾ ਲੀੜਾ ਬੰਨ ਲਿਆ ਫਿਰ ਉਹਨੇ ਕੀ ਕੀਤਾ ਵਾ ਕਿ ਉੱਥੋਂ ਬਾਹਰ ਨਿਕਲਿਆ ਅਤੇ ਇਸ ਥਾਂ 'ਤੇ ਲਿਆ ਕੇ ਪੰਡ ਜਿਹੜੀ ਉਹਨੇ ਕੰਧ ਦੇ ਉੱਤੇ ਰੱਖ ਦਿੱਤੀ ਫਿਰ ਉਹ ਕੰਧ ਦੇ ਉੱਤੇ ਚੜਿਆ ਵਾ ਜਿੱਦਾਂ ਕੰਧ ਦੇ ਉੱਤੇ ਚੜਿਆ ਤਾਂ ਉਹਨੇ ਵੇਖਿਆ ਕਿ ਕੰਧ ਉੱਚੀ ਬਣੀ ਆ ਉੱਧਰਲੇ ਸਾਈਡ ਤੋਂ ਹਾਂ ਤੇ ਫਿਰ ਪਤਾ ਕੀ ਹੋਇਆ ਜਿੱਦਾਂ ਹੀ ਕੰਧ ਦੇ ਉੱਤੇ ਚੜ ਕੇ ਮਾਰੀ ਨਾ ਛਾਲ ਤੇ ਮੈਂ ਕੰਧ ਦੇ ਪਰਲੇ ਪਾਸੇ ਤੇ ਪੰਡ ਕੰਧ ਆਇਓ